ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ ਜਾਗਤਾ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਅੱਜ ਦਾ ਪ੍ਰੋਗਰਾਮ ਲੈ ਕੇ ਫੇਰ ਆਇਆ ਹਾਂ ਅੱਜ ਦੀ ਗੱਲ ਸੋ ਅੱਜ ਦੀ ਗੱਲ ਦੇ ਨਾਲ ਮੈਂ ਜਿਹੜਾ ਪ੍ਰੋਗਰਾਮ ਲੈ ਕੇ حاضر ਹੋਇਆ ਹਾਂ ਉਹ ਵੇ ਪਾਕਿਸਤਾਨ ਦੇ ਵਿੱਚ ਅਕਲੀਅਤਾਂ ਦੇ ਬੁਨਿਆਦੀ ਹਕੂਕ ਅੱਜ ਅਗਰ ਅਸੀਂ ਆਪਣੇ ਹਕੂਕ ਦੀ ਗੱਲ ਕਰੀਏ ਤਾਂ ਹਕੂਕ ਲਫ਼ਜ਼ੀ ਸਾਡੇ ਵਾਸਤੇ ਸ਼ਰਮਨਾਕ ਬਣ ਚੁੱਕੇ ਆ ਹਕੂਕ ਦੀ ਗੱਲ ਕਰਨ ਲੱਗ ਗਈ ਸਾਨੂੰ ਬੜੀ ਸ਼ਰਮ ਆਉਂਦੀ ਏ ਕਿਹੜੇ ਹੱਕ ਦੀ ਗੱਲ ਕਰੀਏ ਹੱਕ ਮੰਗਦਿਆਂ ਵੀ ਸਾਨੂੰ ਅੱਗੋਂ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈ ਜਾਂਦੀਆਂ ਨੇ ਉਹ ਭਾਵੇਂ ਅਕਲੀਅਤ ਮਸੀਹਤ ਏ ਉਹ ਅਕਲੀਅਤ ਭਾਵੇਂ ਸਿੱਖ ਏ ਉਹ ਅਕਲੀਅਤ ਭਾਵੇਂ ਹਿੰਦੂ ਏ ਔਰ ਉਹ ਅਕਲੀਅਤ ਭਾਵੇਂ ਜਿਹੜੀ ਮਰਜ਼ੀ ਅਕਲੀਅਤ ਏ ਉਹਦੇ ਵਾਸਤੇ ਪਾਕਿਸਤਾਨ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ پاکستان ਦੇ ਅੰਦਰ ਅਸੀਂ ਆਪਣਾ ਹੱਕ ਮੰਗਦਿਆਂ ਹੋਇਆਂ ਡਰ ਜਾਂਦੇ ਆ ਆਪਣਾ ਹੱਕ ਮੰਗਦਿਆਂ ਹੋਇਆਂ ਅਸੀਂ ਕਬਰਾ ਜਾਂਦੇ ਆ ਅਸੀਂ ਅੱਜ ਅਗਰ ਗੌਰ ਕਰੀਏ ਇੱਕ ਸ਼ਖਸ ਦਾ ਨਾਮ ਜ਼ਰੂਰ ਮੈਂ ਲਵਾਗਾ ਜਿਨ੍ਹਾਂ ਦਾ ਨਾਮ ਸ਼ਬਾਸ ਭੱਟੀ ਸ਼ਹੀਦ ਜਿਨ੍ਹਾਂ ਨੇ ਸਿਰਫ 5% ਕੋਟੇ ਨੂੰ ਮਨਜ਼ੂਰ ਕਰਵਾਇਆ ਜਿਸ ਹਾਲ ਕਿ ਉਹ ਪਹਿਲਾਂ ਤੋਂ ਪਾਕਿਸਤਾਨ ਦੇ ਕਾਨੂੰਨ ਚ ਮੌਜੂਦ ਸੀ ਉਹ ਵੀ ਸਾਨੂੰ ਹੱਕ ਜ਼ੋਰ ਦੇ ਨਾਲ ਲੈਣਾ ਪਿਆ ਦੇਣਾ ਕੋਈ ਨਹੀਂ ਸੀ ਚਾਹੁੰਦਾ ਪਿਆ ਤੇ باوجود ਦੇਣ ਦੇ ਉਹਦੇ ਵਿੱਚ ਵੀ ਅੱਜ ਸਾਡੇ ਨਾਲ ਮਤਰਿਆਂ ਮਾਵਾਂ ਦਾ ਅਸਲੂਕ ਹੋ ਜਾਂਦਾ ਹੈ ਕਿਹ ਜੀ ਜਗ੍ਹਾ ਤੇ ਅਸੀਂ ਇਸ 5 ਫੀਸਦ ਕੋਟੇ ਤੋਂ ਵੀ ਮਹਿਰੂਮ ਹੋ ਜਾਂਦੇ ਹਾਂ ਕੀ ਆ ਪਾਕਿਸਤਾਨ ਦੇ ਅੰਦਰ ਰਹਿ ਕੇ ਅਸੀਂ ਕਾਇਦੇ ਆਜ਼ਮ ਦੀਆਂ ਗੱਲਾਂ ਦੀ ਯਾਦ ਕਰੀਏ ਜਾਂ ਅਸੀਂ 73 ਦੇ ਐਨ ਨੂੰ ਯਾਦ ਕਰੀਏ ਯਾਸੀ ਡਿਕਟੇਟਰਸ਼ਿਪ ਮੁਸ਼ਰਫ ਸਾਹਿਬ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਕੋਲੋਂ ਸਾਡੇ ਬੁਨਿਆਦੀ ਹਕੂਕ ਮੌਜੂਦ ਹੁੰਦਿਆਂ ਵੀ तमाम ਅਕਲੀਅਤਾਂ ਤੋਂ ਖੋ ਲੈਨੇ ਅੱਜ ਇੱਕ ਸਭ ਤੋਂ ਵੱਡਾ ਸਭ ਤੋਂ ਵੱਡਾ ਹੱਕ ਜਿਹੜਾ ਹੈ ਉਹ ਵੋਟ ਦਾ ਹੱਕ ਸੀ ਸ਼ਰਮ ਮੈਂ ਕਹਿਣਾ ਪੈ ਰਿਹਾ ਸਾਨੂੰ ਲੱਕੜ ਦੇ ਬਾਂਦਰ ਪਾਰਲੀਮੈਂਟ ਦੇ ਵਿੱਚ ਦੇ ਦੇਂਦੇ ਨੇ ਜਿਹੜੇ ਸਾਡੀ ਗੱਲ ਕਰਦੇ ਹੀ ਨਹੀਂ ਉਹ ਉਹ ਤੋਤੇ ਬਣ ਜਾਂਦੇ ਨੇ ਜੋ ਕੁਝ ਉਹਨਾਂ ਨੂੰ ਸਿਖਾਇਆ ਜਾਂਦਾ ਉਸ ਤੋਂ ਅੱਗੇ ਨਾ ਉਹ ਬੋਲਦੇ ਨੇ ਤੇ ਨਾ ਉਹਨਾਂ ਚ ਜੁਰਤ ਪੈਦਾ ਹੁੰਦੀ ਹੈ ਉਹਨਾਂ ਨੂੰ ਹੀ ਇੱਕਦਮ ਸ਼ਟ ਅਪ ਕਾਲ ਦਿੱਤੀ ਜਾਂਦੀ ਹੈ ਤੂੰ ਗਾ ਬੋਲਣ ਈ ਮੇਰੇ ਅਸੀਸੋ ਅਸੀਂ ਅੱਜ ਮੈਂ ਤਮਾਮ ਅਕਲੀਅਤਾਂ ਨਾਲ ਗੱਲ ਕਰ ਰਿਹਾ ਵਾਂ ਮੈਂ ਆਪਣੇ ਹਿੰਦੂ ਭਾਈ ਨਾਲ ਵੀ ਗੱਲ ਕਰ ਰਿਹਾ ਵਾਂ ਮੈਂ ਆਪਣੇ ਮਸੀਹੀ ਭਾਈਆਂ ਪਾਈਆਂ ਨਾਲ ਵੀ ਗੱਲ ਕਰ ਰਿਹਾ ਮੈਂ ਸਿੱਖ ਭੈਣ ਪਾਈਆਂ ਨਾਲ ਵੀ ਗੱਲ ਕਰ ਰਿਹਾ ਤੇ ਮੌਜੂਦਾ ਦੂਜੀਆਂ ਅਕਲੀਅਤਾਂ ਨਾਲ ਵੀ ਜਿਨ੍ਹਾਂ ਦੇ ਹਕੂਕ ਨੂੰ ਮਸਕ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਹਕੂਕ ਨੂੰ ਪੀ ਛੱਡਿਆ ਗਿਆ ਹੈ ਅੱਜ ਅਗਰ ਅਸੀਂ ਆਪਣੇ ਹਕੂਕ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸਾਡੇ ਕੋਲ ਵੋਟ ਦਾ ਹੱਕ ਹੀ ਖੋ ਲਿਆ ਹੈ ਨਾ ਤੇ ਅਸੀਂ ਆਪਣੇ ਸਾਡੇ ਨੂੰ ਇਹ ਪਤਾ ਹੀ ਨਹੀਂ ਹੁੰਦਾ ਅਗਰ ਨਾ ਬਾਈਬਲ ਮੁਕੱਦਸ ਇਹ ਕਾਇਤ ਪੜਾ ਉਹਦੇ ਚ ਲਿਖਿਆ ਹੈ ਕਿ ਪਹਿਲਾਂ ਕੀ ਸੀ ਜਿਵੇਂ ਤੁਹਾਨੂੰ ਕਿਉਂਕਿ ਜਹਾਲਤੀ ਦਾ ਜ਼ਮਾਨਾ ਸੀ ਗੂੰਗੇ ਬੁੱਤਾਂ ਦੇ ਵੰਗਰ ਜਿਵੇਂ ਕੋਈ ਲੈ ਜਾਂਦਾ ਟੁਰ ਪੈਂਦੇ ਸੇ ਅੱਜ ਅਸੀਂ ਅਸੀਂ ਇੰਨੇ ਤਰੱਕੀ ਆਵਤਾ ਜ਼ਮਾਨੇ 'ਚ ਵੀ ਗੂੰਗੇ ਬੁੱਤਾਂ ਦੇ ਪਿੱਛੇ ਹੀ ਟੁਰੇ ਆ ਸਾਡੇ ਉਹ ਬੁੱਤ ਗੂੰਗੇ ਨੇ ਉਹ ਲੱਕੜ ਦੇ ਬਾਂਦਰ ਨੇ ਜਿਨ੍ਹਾਂ ਨੂੰ ਬਿਠਾ ਦਿੱਤਾ ਜਾਂਦਾ ਸਾਡੇ ਤੇ ਸਾਡੇ ਤੇ ਮੁਸੱਲਤ ਕਰ ਦਿੱਤਾ ਜਾਂਦਾ ਔਰ ਉਹ ਸਿਰਫ ਜਾਂ ਤੇ ਪੀਟੀਆਈ ਦੀ ਗੱਲ ਕਰਨਗੇ ਜਾਂ ਨੂਨ ਲੀਗ ਦੀ ਗੱਲ ਕਰਨਗੇ ਜਾਂ ਪੀਪੀ ਦੀ ਗੱਲ ਕਰਨਗੇ ਜਾਂ ਜਿਹੜੀਆਂ ਵੀ ਜਮਾਤਾਂ ਜਿੰਨੀਆਂ ਵੀ ਜਮਾਤਾਂ ਨੇ ਉਹ ਹਰ ਇੱਕ ਸ਼ਖਸ ਜਿੱਧਰ ਜਿੱਧਰ ਦਾ ਬਣੇਗਾ ਉਧਰ-ਉਧਰ ਦੀ ਗੱਲ ਕਰੇਗਾ ਮੇਰੇ ਅਜ਼ੀਜ਼ੋ ਸਾਨੂੰ ਆਪਣੇ ਹੱਕ ਵਾਸਤੇ ਹੌਸਚ ਆਣਾ ਪੈਣਾ ਜੀ ਆਪਣਾ ਹੱਕ ਲੈਣ ਲਈ ਸਾਨੂੰ ਖਮਾਉਣਾ ਪੈਣਾ ਅਸੀਂ ਪਾਕਿਸਤਾਨ ਦੇ ਅੰਦਰਵਾ ਯਾ ਅਸੀਂ ਹਿੰਦੂਸਤਾਨ ਦੇ ਅੰਦਰ ਆ ਯਾ ਅਸੀਂ ਕੀਨੀਆ ਦੇ ਅੰਦਰ ਆ ਯਾ ਅਸੀਂ ਸ਼੍ਰੀਲੰਕਾ ਦੇ ਵਿੱਚ ਆ ਚਾਹੇ ਅਸੀਂ ਬੰਗਲਾਦੇਸ਼ ਦੇ ਵਿੱਚ ਆ ਅਕਲੀਅਤ ਹੋਣ ਲਈ ਮੈਂ ਇਹ ਲਫ਼ਜ਼ ਬੋਲਾਂਗਾ ਹਕੂਕ ਮਸਜ ਤੇ ਕੀਤੇ ਜਾਂਦੇ ਨੇ ਸਾਡੇ ਕੋਲੋਂ ਮਸਬੀ ਆਜ਼ਾਦੀ ਵੀ ਸਾਡੇ ਕੋਲ ਖੋ ਲਈ ਜਾਂਦੀ ਹੈ ਅਸੀਂ ਤੇ ਆਪਣੀ ਗੱਲ ਹੀ ਨਹੀਂ ਪਾਕਿਸਤਾਨ 'ਚ ਕਰ ਸਕਦੇ ਅਸੀਂ ਆਜ਼ਾਦੀ ਨਾਲ ਕਈ ਇਲਾਕਿਆਂ ਦੇ ਵਿੱਚ ਸਾਡੇ ਕੋਲ ਫੌਰੀ ਤੌਰ ਤੇ ਇਬਾਦਤ ਹੁੰਦਿਆਂ ਸਾਨੂੰ ਰੋਕ ਦਿੱਤਾ ਜਾਂਦਾ ਹੈ ਜਿਸ ਹਾਲ ਕਿ ਕਾਇਦ ਆਜ਼ਮ ਅਲੀ ਜਨਾਬ ਨੇ ਇੱਕ ਲਫ਼ਜ਼ ਬੋਲਿਆ ਸੀ 1947 ਚ ਅਬ तमाम ਅਕਲੀਅਤیں ਆਜ਼ਾਦ ਹੈ ਹਰ ਇੱਕ ਆਪਣੇ ਚਰਚ ਵਿੱਚ ਆਜ਼ਾਦ ਹੈ ਆਪਣੇ ਮੰਦਰ ਵਿੱਚ ਆਜ਼ਾਦ ਹੈ ਆਪਣੇ ਗੁਰਦੁਆਰੇ ਵਿੱਚ ਆਜ਼ਾਦ ਹੈ ਸਭ ਆਪਣੇ ਆਪਣੀ ਜਗਾ ਆਜ਼ਾਦ ਹੈ ਲੇਕਿਨ ਮੈਂ ਅੱਜ ਦੇਖਣਾ ਵਾਂ ਆਜ਼ਾਦੀ ਖਤਮ ਹੋ ਚੁੱਕੀ ਹੈ ਆਜ਼ਾਦੀ ਖੋਲ ਗਈ ਹੈ ਅੱਜ ਉਹ ਪਾਕਿਸਤਾਨ ਸਾਨੂੰ ਨਜ਼ਰ ਨਹੀਂ ਆ ਰਿਹਾ ਅੱਜ ਉਹ ਨਜ਼ਰ ਨਹੀਂ ਆ ਰਿਹਾ ਜਿੰਦੀ ਗੱਲ ਤੇ ਜਿੰਦੇ ਵਾਅਦੇ ਕੀਤੇ ਗਏ ਸਨ ਸਾਡੇ ਕੋਲੋਂ ਤੇ ਉਹ ਗੱਲਾਂ ਹੀ ਮੁੱਕ ਗਈਆਂ ਨੇ ਅਸੀਂ ਤੇ ਅੱਜ ਉਹਨਾਂ ਤੋਤਿਆਂ ਵਾਂਗਰ ਜਿਹੜੀਆਂ ਅੰਬ ਨੂੰ ਵੰਦਿਆ ਰਹਿੰਦੀਆਂ ਨੇ ਉਹ ਢਿੱਗਦਾ ਨਹੀਂ ਅਸੀਂ ਵੀ ਉਹ ਤੋਤੇ ਵਾਂਗਰ ਸਾਨੂੰ ਸਮਝ ਨਹੀਂ ਆndi ਹੱਕ ਮੰਗਿਏ ਕਿੱਦੇ ਕੋਲੋਂ ਅੱਜੇ ਜ਼ਰੂਰਤ ਏ ਮੇਰੇ ਭੈਣ ਭਾਈਓ ਮੇਰੇ ਭੈਣ ਭਾਈਓ ਆਪਣੇ ਹਕੂਕ ਲਈ ਆਪਣੇ ਹਕੂਕ ਲਈ ਸਾਹਮਣੇ ਆਨ ਦਾ ਸ਼ੁਰੂ ਕਰੀਏ ਆਪਣੇ ਆਪ ਨੂੰ ਹੱਕ ਲੈਣ ਲਈ ਆਪਣੀਆਂ ਆਵਾਜ਼ਾਂ بلند ਕਰ ਲਈਏ ਜੇ ਸਾਹਾਂ ਪਰ ਹੱਕ ਦਾ ਲੈ ਤੇ ਫਿਰ ਯਾਦ ਰੱਖੋ ਉਹ ਕਮਾਂ ਖਤਮ ਹੋ ਜਾਂਦੀਆਂ ਜੇ ਉਹ ਕਬੀਲੇ ਖਤਮ ਹੋ ਜਾਂਦੇ ਨੇ ਜਿਹੜੇ ਆਪਣਾ ਹੱਕ ਨਹੀਂ ਲੈਣਾ ਚਾਹੁੰਦੇ ਜਿਹੜੇ ਆਪਣਾ ਹੱਕ ਨਹੀਂ ਮੰਗਦੇ ਉਹ ਘਰ ਜਿਹੜੇ ਨੇ ਉਹ ਤਬਾਹ ਹੋ ਜਾਂਦੇ ਨੇ ਜਿਸ ਘਰ ਦੇ ਵਿੱਚ ਕਿਸੇ ਨੂੰ ਹੱਕ ਨਾ ਮਿਲੇ ਮੇਰੇ ਅਜ਼ੀਜ਼ੋ ਮੇਰੀ ਤੁਹਾਡੇ ਅੱਗੇ ਅਪੀਲ ਹੈ ਮੈਂ ਅਗਰ ਹਕੂਕ ਦੀ ਗੱਲ ਕਰਾਂ ਤੇ ਹਕੂਕ ਇਹਨੇ ਕੋ ਨਹੀਂ ਕਿ ਜਿਵੇਂ ਸਿੰਧ ਦੇ ਵਿੱਚ ਸੇਧ ਦੇ ਵਿੱਚ ਸਪੈਸ਼ਲ ਕੀਆ ਗਿਆ ਖਾਕ ਰੋਬਲੀ میٹرਿਕ ਹੋਣਾ ਜ਼ਰੂਰੀ ਹੈ ਇਹ ਸਾਡਾ ਹੱਕ ਹੈ ਇਹ ਸਾਡਾ ਹੱਕ ਹੈ ਕਿ ਅਸੀਂ ਪੜ੍ਹ ਪੜ੍ਹ ਲਿਖ ਕੇ ਵੀ ਅਸਾ ਪਾਕਿਸਤਾਨ ਚ ਚੜ੍ਹੂ ਦਾ ਕੰਮ ਕਰਨਾ ਹੈ ਇਹ ਕਿੰਨੇ ਇਖਤਿਆਰ ਦਿੱਤਾ ਹੈ ਇਹ ਕਿੰਨੇ ਇਖਤਿਆਰ ਦਿੱਤਾ ਹੈ ਕਿ ਕੋਈ ਸਾਡੇ ਵਾਸਤੇ ਇਹ ਲਫ਼ਜ਼ ਲਿਖੇ ਕਿ ਇੱਕ ਖਾਕ ਰੋਦਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਮੈਂ ਤੇ ਆਪਣੇ ਕੌਮ ਨੂੰ ਕਹਾਂਗਾ ਕਿ ਤੁਸੀਂ ਹੋਸ਼ ਆਓ ਪਹਿਲਾਂ ਆਪਣੇ ਕਾਨੂੰਨ ਨੂੰ ਪੜ੍ਹੋ ਤੇ ਪੜ੍ਹਨ ਲਈ ਤੁਹਾਨੂੰ ਤਾਲੀਮ ਹਾਸਲ ਕਰਨੀ ਪਵੇਗੀ ਜਦੋਂ ਤਾਲੀਮ ਹਾਸਲਤਾ ਹੋ ਜਾਓਗੇ ਤੇ ਆਪਣੇ ਹੱਕ ਨੂੰ ਵੀ ਪਛਾਣਨ ਲੱਗ ਪੋਗੇ ਜਿਹਨੂੰ ਮੰਗਣਾ ਨਹੀਂ ਆਂਦਾ ਉਹ ਭੁੱਖਾ ਭੁੱਖਾ ਤੇ ਮਰ ਜਾਂਦਾ ਅਸੀਂ ਜਦੋਂ ਇਹ ਲਫ਼ਜ਼ ਮੈਂ ਬੋਲ ਰਿਹਾ ਹਾਂ ਕਿੰਨੇ ਤੁਹਾਨੂੰ ਇਖਤਿਆਰ ਦਿੱਤਾ ਹੈ ਕਿ ਤੁਸੀਂ ਸਾਡੇ ਲਈ ਇੰਜ ਦੇ ਕਲਮਾਤ ਅਦਾ ਕਰੋ ਉਹ ਕਿਹੜੀਆਂ ਅਸੀਆਂ ਕੂਫਤਾ ਨੇ ਜਿਹੜੀਆਂ ਤੁਹਾਨੂੰ ਉਕਸਾ ਦੇਂਦੀਆਂ ਨੇ ਲੇਕਿਨ ਮੈਂ ਅੱਜ ਆਪਣੀ ਕੌਮ ਦੇ ਅੰਦਰ ਇੱਕ ਉਹਨਾਂ ਦੇ ਸੰਗ ਦੇ ਵਿੱਚ ਤੁਹਾਡੇ ਸੰਗ ਦੇ ਵਿੱਚ ਗੱਲ ਪਾਣਾ ਚਾਹਨਾ ਆਪਣੀਆਂ ਆਵਾਜ਼ਾਂ ਖੋਲ ਲਵੋ ਆਪਣੀਆਂ ਆਵਾਜ਼ਾਂ ਖੋਲੋ ਤੇ ਆਖੋ ਸਾਡਾ ਹੱਕ ਇੱਥੇ ਹੀ ਰੱਖ ਜਦੋਂ ਤੁਸੀਂ ਹਕੂਮਤਾ ਵਾਲਿਆਂ ਦੇ ਸੰਗ ਦੇ ਵਿੱਚ ਹੱਥ ਪਾ ਕੇ ਗੱਲ ਕਰੋਗੇ ਤੇ ਫਿਰ ਉਹਨਾਂ ਨੂੰ ਵੀ ਹੋਸ਼ ਆਏਗੀ ਕਿ ਇਹਨਾਂ ਦਾ ਹੱਕ ਦੇਣਾ ਹੈ ਜਦੋਂ ਤੁਸੀਂ ਹੱਕ ਲੈਣ ਲੱਗ ਪੋਵੋਗੇ ਤੇ ਫਿਰ ਤੁਸੀਂ ਕੌਮ ਵੀ ਬਣ ਜਾਵੋਗੇ ਉਹ ਚਾਹੇ ਸਿੱਖ ਕੌਮ ਹੈ ਉਹ ਹਿੰਦੂ ਕੌਮ ਹੈ ਉਹ 크ਰਿਸਚੀਅਨ ਕੌਮ ਹੈ ਆਪਣੇ ਹੱਕ ਦੀ ਆਵਾਜ਼ ਤਾਂ ਉੱਚੀ ਕਰਨੀ ਪਵੇਗੀ ਜਦੋਂ ਬੁਲੰਦ ਕਰੋਗੇ ਤਾਂ ਹੋ ਸਕਦਾ ਹੈ ਸ਼ਾਇਦ ਇਹਨਾਂ ਹਕੂਮਤਾਂ ਵਾਲਿਆਂ ਨੂੰ ਹੋਸ਼ ਆ ਜਾਵੇ ਕਿ ਅਸੀਂ ਇਹਨਾਂ ਨੂੰ ਇਹਨਾਂ ਦਾ ਹੱਕ ਦਈਏ ਤਾਂ ਕਿ ਇਹਨਾਂ ਦੇ ਅੰਦਰ ਪਾਕਿਸਤਾਨ ਚ ਰਹਿ ਕੇ ਇਹਨਾਂ ਦੇ ਅੰਦਰ ਕੋਈ ਸ਼ਿਕਵਾ ਨਾ ਰਵੇ ਇਹਨਾਂ ਦੇ ਅੰਦਰ ਕੋਈ ਗਿਲਾ ਨਾ ਰਵੇ ਕਿਉਂ ਕਿ ਮੈਂ ਬਾਜ਼ੂ ਕਾਤੇ ਵੀ ਗੱਲ ਕਰਨਾ ਵਾਂ ਕਿ ਅਸੀਂ ਜਿਸ ਵਕਤ ਪਾਕਿਸਤਾਨ ਚ ਰਹਿਨੇ ਆ ਜਿਸ ਸਾ ਦੁਸ਼ੀਆਂ ਸਾਡੇ ਮжоਰਿਟੀ ਕੌਮ ਆਪਣੇ ਹੱਕ ਲਈ ਅਦਲ ਮਨਰ ਦੀ ਗੱਲ ਕਰਦੇ ਨੇ ਤੇ 2 ਘੰਟੇ ਦਾ ਹੱਕ ਮਿਲ ਜਾਂਦਾ ਅਸੀਂ 2 ਘੰਟੇ ਬੋਲਨੇ ਆ ਸਾਨੂੰ 1 ਮਿੰਟ ਦਾ ਹੱਕ ਨਹੀਂ ਮਿਲਦਾ ਇਸ ਤੋਂ ਮੈਂ ਚਾਹਾਂਗਾ ਆਪਣੇ ਅੰਦਰ ਇਹ ਜਜ਼ਬੇ ਲਿਆਓ ਤਾਂ ਕਿ ਤੁਸੀਂ ਵੀ ਕੌਮ ਬਣ ਕੇ ਪਾਕਿਸਤਾਨ ਚ ਉਭਰੋ ਤਾਂ ਕਿ ਪਾਕਿਸਤਾਨ ਚ ਅਸੀਂ ਸਾਰੇ ਮਹਿਫੂਜ਼ ਹੋ ਸਕੀਏ ਇਹਦੇ ਨਾਲ ਹੀ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਅਸੀਂ ਸਾਰੇ ਜਿੰਦੇ ਵਿੱਚ ਸਿੱਖ ਵੀ ਨੇ Hindu ਵੀ ਨੇ ਸਿਕਰਿਚਰ ਵੀ ਨੇ ਦੂਸਰੇ ਵੀ ਜਿਹੜੀਆਂ ਅਕਲੀਅਤਾਂ ਨੇ 11 ਅਗਸਤ ਨੂੰ ਅਕਲੀਅਤ ਦੇ ਡੇ ਮਨਾਇਆ ਜਾ ਰਿਹਾ ਪਰ ਮੈਂ ਸਾਰਿਆਂ ਨੂੰ ਪੁੱਛਣਾ ਵਾਂ ਉਹ ਤੁਸੀਂ ਜਿਹੜੇ ਬੈਨਰ ਬਣਵਾਣੇ ਦੇ ਦਿੱਤੇ ਜੀ ਤੁਸੀਂ ਜਿਹੜੇ ਪਲੇ ਕਾਰਡ ਬਣਵਾਣ ਲਈ ਦੇ ਦਿੱਤੇ ਨੇ ਕਦੀ ਸੋਚਿਆ ਉਹ ਕਦੀ ਸੋਚਿਆ ਜੇ ਕਿ ਤੁਹਾਨੂੰ ਅਕਲੀਅਤ ਦੇ ਮਨਾਉਣ ਲਈ ਕਦੀ ਕੋ ਹੱਕ ਵੀ ਮਿਲਿਆ ਕਦੀ ਹਿੰਦੁਸਤਾਨ ਦੇ ਵਿੱਚ ਵੇਖੋ ਤੁਹਾਡੇ ਨਾਲ ਕੀ ਹੋ ਰਿਹਾ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਅਗਰ ਇਹ ਚੀਜ਼ਾਂ ਇਹ ਜਿਹੜਾ ਜ਼ੁਲਮੋ ਸਿੱਤਮ ਉਧਰ ਹੋ ਰਿਹਾ ਹੈ ਇਧਰ ਹੋ ਰਿਹਾ ਹੈ ਜਾਂ ਜਿੱਥੇ-ਜਿੱਥੇ ਵੀ ਅਕਲੀਅਤ ਤੇ ਮੈਂ ਚਾਹਾਂਗਾ ਕਿ ਅਸੀਂ ਅਕਲੀਅਰ ਡੇ ਜ਼ਰੂਰ ਮਨਾਈਏ ਲੇਕਿਨ ਆਪਣੇ ਹੱਕ ਦੇ ਨਾਲ ਤੇ ਜੇ ਹੱਕ ਨਹੀਂ ਹੈਗਾ ਤੇ ਫਿਰ ਜ਼ਰਾ ਕੰਨ ਖੋਲ ਕੇ ਤੇ ਦਿਲ ਦੇ ਖਾਨਿਆਂ ਨੂੰ ਸੋਚੀਏ ਕਿ ਕਿਆ ਵਾਕਈ ਇੱਕ ਅਕਲੀਅਰ ਡੇ ਹੈਗਾ ਸਾਨੂੰ ਪੂਰੇ ਹਕੂਕ ਮਿਲੇ ਨੇ ਅਸੀਂ ਦੁਨੀਆ ਦੇ ਵਿੱਚ ਕਿਆ ਸਹੀ ਚਿਹਰਾ ਸ਼ਾਇਦ ਕੁਝ ਮੁਫਾਤ ਪ੍ਰਸਤ ਜਿਹੜੇ ਨੇ ਉਹ ਅਕਲੀਅਰ ਡੇ ਦੇ ਉੱਤੇ ਕਹਿਣ ਹਮ ਪਾਕਿਸਤਾਨ ਵੀ ਆਜ਼ਾਦ ਹੈ ਸਾਨੂੰ ਹਰ ਇੱਕ ਹਕੂਕ ਹਾਸਲ ਹੈ ਇੰਜ ਝੂਠ ਬੋਲ ਕੇ ਅਕਲੀਅਰਡੇ ਨਾ ਮਨਾਓ ਮਨਾਣਾ ਹਕੀਕੀ ਮਨਾਓ ਤਾਂ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਬਿਹਤਰ ਜ਼ਿੰਦਗੀ گزار ਸਕੋ ਆਸਮੁਸੀ ਵੱਲੋਂ ਸਭ ਨੂੰ ਸलाम ਪਾਕਿਸਤਾਨ ਜ਼ਿੰਦਾਬਾਦ